ਇੰਡੀਆ ਗੱਠਜੋੜ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਮੀਟਿੰਗ। ਬੈਠਕ ਤੋਂ ਬਾਅਦ ਬੋਲੇ ਕਾਂਗਰਸ ਸਾਂਸਦ ਮੁਕੁਲ ਵਾਸਨਿਕ। ਵਧੀਆ ਮਾਹੌਲ ਦੇ ਵਿੱਚ ਹੋਈ ਗੱਲਬਾਤ, ਸੀਟ ਸ਼ੇਅਰਿੰਗ ਤੇ ਫਿਰ ਹੋਵੇਗੀ ਚਰਚਾ, ਮਿਲ ਕੇ ਲੜਾਂਗੇ ਚੋਣ। ਪੰਜਾਬ ਕਾਂਗਰਸ ਦੀ ਨਾਰਾਜ਼ਗੀ ਦੇ ਵਿਚਾਲੇ ਨਵਜੋਤ ਸਿੱਧੂ ਦੇ ਤੇਵਰ ਬਰਕਰਾਰ। ਕਿਹਾ ਮੈਂ ਕਦੇ ਕਿਸੇ ਨੂੰ ਨਹੀਂ ਰੋਕਿਆ, ਜਿੱਥੇ ਜਾਣਾ ਜਾਓ ਤਾਂ ਵੜਿੰਗ ਬੋਲੇ, ਚਾਹੇ ਮੌਜੂਦਾ ਜਾਂ ਸਾਬਕਾ ਪ੍ਰਧਾਨ ਜ਼ਾਬਤੇ ਦੇ ਵਿੱਚ ਰਹਿਣ ਸਾਰੇ। ਗੱਠਜੋੜ ਨੂੰ ਲੈ ਕੇ ਸਿੱਧੂ ਦੇ ਦਿਖੇ ਪੰਜਾਬ ਕਾਂਗਰਸ ਦੇ ਨਾਲੋਂ ਵੱਖਰੇ ਸੁਰ। ਕਿਹਾ ਹਾਈਕਮਾਂਡ ਦਾ ਫੈਸਲਾ ਹੈ ਸਰਵਉੱਚ, ਤਾਂ ਇੰਚਾਰਜ ਦੇਵੇਂਦਰ ਯਾਦਵ ਬੋਲੇ ਲੋਕਾਂ ਦੀ ਰਾਏ ਲੈ ਕੇ ਹੀ ਕਰਾਂਗੇ ਫੈਸਲਾ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਲਈ ਨੋਮੀਨੇਟ ਰਾਜ ਸਭਾ ਸੰਸਦਾਂ ਨੇ ਦਾਖਲ ਕੀਤੀ ਨਾਮਜ਼ਦਗੀ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਭਰੀ ਨੋਮੀਨੇਸ਼ਨ, ਸੰਜੇ ਸਿੰਘ ਨੇ ਸਿੱਧਾ ਜੇਲ੍ਹ ਤੋਂ ਆ ਕੇ ਭਰਿਆ ਪਰਚਾ। 10 ਦਿਨ ਪਹਿਲਾਂ ਰਾਜਸਥਾਨ ਦੇ ਵਿੱਚ ਮੰਤਰੀ ਬਣਨ ਵਾਲੇ ਸੁਰਿੰਦਰਪਾਲ ਟੀਟੀ ਹਾਰੇ। ਸ੍ਰੀ ਕਰਨਪੁਰ ਸੀਟ ਤੋਂ 11,000 ਤੋਂ ਵੱਧ ਵੋਟਾਂ ਦੇ ਨਾਲ ਮਿਲੀ ਹਾਰ, ਕਾਂਗਰਸ ਦੇ ਰੁਪਿੰਦਰ ਸਿੰਘ ਨੇ ਦਰਜ ਕੀਤੀ ਜਿੱਤ। ਬਿਲਕਿਸ ਬਾਨੋ ਦੇ ਦੋਸ਼ੀ ਮੁੜ ਜਾਣਗੇ ਜੇਲ੍ਹ, ਸੁਪਰੀਮ ਕੋਰਟ ਨੇ ਪਲਟਿਆ ਗੁਜਰਾਤ ਸਰਕਾਰ ਦਾ ਫੈਸਲਾ। ਬਿਲਕਿਸ ਦੇ ਦੋਸ਼ੀਆਂ ਦੀ ਸਜ਼ਾ ਦੇ ਵਿੱਚ ਛੋਟ ਕੀਤੀ ਰੱਦ, ਗੁਜਰਾਤ ਸਰਕਾਰ ਨੇ ਪਿਛਲੇ ਸਾਲ ਰਿਹਾਅ ਕੀਤੇ ਸੀ 11 ਦੋਸ਼ੀ। ਸੁਪਰਸਟਾਰ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਵੜੇ ਦੋ ਪੰਜਾਬੀ ਸੁਰੱਖਿਆ ਕਰਮੀਆਂ ਨੇ ਕੀਤਾ ਕਾਬੂ, ਬਾਅਦ ਵਿੱਚ ਪੁਲਿਸ ਨੇ ਨੋਟਿਸ ਦੇ ਕੇ ਛੱਡਿਆ। ਯਮੁਨਾਨਗਰ ਦੇ ਵਿੱਚ ਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਘਰ ਈਡੀ ਦੀ ਰੇਡ ਖਤਮ। 5 ਦਿਨ ਚੱਲੀ ਰੇਡ ਤੋਂ ਬਾਅਦ ਈਡੀ ਨੇ ਦਿਲਬਾਗ ਨੂੰ ਕੀਤਾ ਗ੍ਰਿਫਤਾਰ। ਰਿਹਾਇਸ਼ ਤੋਂ 5 ਕਰੋੜ ਦੀ ਨਕਦੀ ਸਣੇ ਸ਼ਰਾਬ, ਸੋਨਾ ਅਤੇ ਵਿਦੇਸ਼ੀ ਹਥਿਆਰਾਂ ਦੀ ਬਰਾਮਦਗੀ। ਨਸ਼ਿਆਂ ਖਿਲਾਫ਼ ਐਕਸ਼ਨ ਦੇ ਵਿੱਚ ਪੁਲਿਸ, ਅੱਜ ਪੰਜਾਬ ਭਰ ਦੇ ਵਿੱਚ ਚਲਾਇਆ ਜਾ ਰਿਹਾ ਆਪਰੇਸ਼ਨ ਕਾਸੋ, ਨਸ਼ਾ ਤਸਕਰਾਂ ਦੇ ਟਿਕਾਣਿਆਂ 'ਤੇ ਕੀਤੀ ਜਾ ਰਹੀ ਹੈ ਛਾਪੇਮਾਰੀ। ਮੋਹਾਲੀ 'ਚ ਦੁੱਧ ਉਤਪਾਦਕਾਂ ਨੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਲਗਾਇਆ ਧਰਨਾ, ਦੁੱਧ ਦਾ ਰੇਟ ਘਟਾਏ ਜਾਣ ਨੂੰ ਲੈ ਕੇ ਕਰ ਰਹੇ ਨੇ ਪ੍ਰਦਰਸ਼ਨ। ਬੋਲੀ ਉਤਪਾਦਕਾਂ ਦੇ ਲਈ ਘਟਾਇਆ ਰੇਟ, ਪਰ ਉਸੇ ਭਾਅ ਵਿਕ ਰਿਹਾ ਸਪਲਾਈ ਵਾਲਾ ਦੁੱਧ। ਸਤਿ ਸ਼੍ਰੀ ਅਕਾਲ, ਤੁਸੀਂ ਵੀ ਹਰਿਆ ਨਿਊਜ਼ 18 ਪੰਜਾਬ ਲੈਣਾ, ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਦਿਵਿਆ ਪਹੁਜਾ ਕਤਲ ਕੇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ। ਪੁਲਿਸ ਦੀ ਰਡਾਰ 'ਤੇ ਆਈ ਹੈ ਇੱਕ ਹੋਰ ਲੜਕੀ, ਅਭਿਜੀਤ ਦੀ ਦੂਜੀ ਗਰਲਫ੍ਰੈਂਡ ਦੀ ਐਂਟਰੀ ਹੋਈ ਹੈ। ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦਰਅਸਲ ਫੂਡ ਡਿਲੀਵਰੀ ਦਾ ਕੰਮ ਕਰਦੀ ਹੈ ਲੜਕੀ, ਖੁਦ ਦਾ ਫੂਡ ਕਿਚਨ ਚਲਾਉਂਦੀ ਹੈ, ਦਿੱਲੀ ਦੇ ਨਜ਼ਫਗੜ੍ਹ ਦੀ ਰਹਿਣ ਵਾਲੀ ਹੈ। ਲੜਕੀ ਦੇ ਦਿਵਿਆ ਪਹੁਜਾ ਦੀ ਡੈੱਡ ਬੋਡੀ ਨੂੰ ਦਰਅਸਲ ਲੜਕੀ ਨੇ ਦੇਖਿਆ ਸੀਗਾ, ਇਹ ਵੀ ਵੱਡਾ ਖੁਲਾਸਾ ਹੋਇਆ। ਸੋ ਦਿਵਿਆ ਪਹੁਜਾ ਕਤਲ ਕੇਸ ਦੇ ਨਾਲ ਜੁੜੀ ਵੱਡੀ ਖਬਰ ਹੈ, ਵੱਡੀ ਅਪਡੇਟ ਹੈ ਕਿ ਪੁਲਿਸ ਦੀ ਰਡਾਰ 'ਤੇ ਇੱਕ ਹੋਰ ਲੜਕੀ ਆ ਗਈ, ਅਭਿਜੀਤ ਦੀ ਦੂਜੀ ਗਰਲਫ੍ਰੈਂਡ ਦੀ ਦਰਅਸਲ ਪੂਰੇ ਕੇਸ ਦੇ ਵਿੱਚ ਐਂਟਰੀ ਹੋਈ ਹੈ। ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲੈ ਕੇ ਅਤੇ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਗਈ ਹੈ ਪੂਰੇ ਕੇਸ ਨੂੰ ਲੈ ਕੇ। ਇਹ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਫੂਡ ਡਿਲੀਵਰੀ ਦਾ ਇਹ ਲੜਕੀ ਕੰਮ ਕਰਦੀ ਹੈ, ਖੁਦ ਦਾ ਫੂਡ ਕਿਚਨ ਚਲਾਉਂਦੀ ਹੈ ਅਤੇ ਦਿੱਲੀ ਦੇ ਨਜ਼ਫਗੜ੍ਹ ਦੀ ਰਹਿਣ ਵਾਲੀ ਹੈ। ਲੜਕੀ ਨੇ ਦਿਵਿਆ ਪਹੁਜਾ ਦੀ ਡੈੱਡ ਬੋਡੀ ਨੂੰ ਵੇਖਿਆ ਸੀਗਾ, ਇਹ ਵੀ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ, ਕਿਉਂਕਿ ਲਗਾਤਾਰ ਇਹ ਸਵਾਲ ਬਰਕਰਾਰ ਹੈ। ਅਜੇ ਤੱਕ ਲਾਸ਼ ਦੀ ਭਾਲ ਜਿਹੜੀ ਕਿ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ, ਅਜੇ ਤੱਕ ਦਿਵਿਆ ਪਹੁਜਾ ਦੀ ਲਾਸ਼ ਨੂੰ ਬਰਾਮਦ ਨਹੀਂ ਕੀਤਾ ਜਾ ਸਕਿਆ। ਹਾਲਾਂਕਿ ਪਿਛਲੇ ਦਿਨੀ ਪਟਿਆਲਾ ਤੋਂ BMW ਕਾਰ ਜ਼ਰੂਰ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ। ਹਾਲਾਂਕਿ ਇਸ ਗੱਲ ਦਾ ਵੀ ਖਦਸ਼ਾ ਸੀਗਾ ਕਿ ਹੋ ਸਕਦਾ ਕਿ ਉਸ ਕਾਰ ਦੇ ਵਿੱਚ ਹੀ ਡੈੱਡ ਬੋਡੀ ਨੂੰ ਲਾਸ਼ ਨੂੰ ਰੱਖਿਆ ਹੋਵੇ, ਪਰ ਅਜਿਹਾ ਨਹੀਂ ਹੋਇਆ। ਕਾਰ ਦੇ ਵਿੱਚ ਅਜਿਹਾ ਕੁਝ ਵੀ ਹਾਸਲ ਨਹੀਂ ਹੋਇਆ। ਲਗਾਤਾਰ ਪੁਲਿਸ ਦੇ ਵੱਲੋਂ, ਕਿਉਂਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਿਛਲੇ ਦਿਨ SIT ਦਾ ਵੀ ਗਠਨ ਕਰ ਦਿੱਤਾ ਸੀਗਾ, ਸਵਾਲ ਬਰਕਰਾਰ ਹੈ। ਵੱਡਾ ਸਵਾਲ ਇਹ ਹੈ ਕਿ ਆਖਿਰਕਾਰ ਲਾਸ਼ ਨੂੰ ਕਿੱਥੇ ਸੁੱਟਿਆ ਗਿਆ, ਕਿਸ ਜਗ੍ਹਾ 'ਤੇ ਖੁਰਦ ਬੁਰਦ ਕੀਤਾ ਗਿਆ, ਅਤੇ ਸਭ ਤੋਂ ਵੱਡਾ ਸਵਾਲ ਹੈ ਕਿ ਦਿਵਿਆ ਪਹੁਜਾ ਦਾ ਕਤਲ ਕਿਸ ਵਜ੍ਹਾ ਕਰਕੇ ਕੀਤਾ ਗਿਆ, ਆਖਿਰ ਕਿਹੜਾ ਵੱਡਾ ਕਾਰਨ ਹੈ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸੇ ਖਬਰ 'ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ
ਧਰਮਵੀਰ ਸ਼ਰਮਾ ਜੁੜ ਚੁੱਕੇ ਨੇ। ਧਰਮਵੀਰ, ਬੜੀ ਅਪਡੇਟ, ਬੜੀ ਖਬਰ ਹੈ ਕਿ ਪੁਲਿਸ ਕੀ ਰਡਾਰ ਪੇ ਇੱਕ ਔਰ ਲੜਕੀ ਆਈ ਹੈ, ਕਿਆ ਕੋਈ ਜਾਣਕਾਰੀ ਇਸ ਲੜਕੀ ਕਾ? ਅਗਰ ਪੂਰੇ ਮਰਡਰ ਕੇਸ ਕੀ ਬਾਤ ਕੀ ਜਾਏ ਤੋ ਕਿਆ ਕਨੈਕਸ਼ਨ ਅਬ ਤੱਕ ਸਾਹਮਣੇ ਆਇਆ? देखिए, जो दिव्या पाहुजा के हत्या में जो आरोपी है अभिजीत, उसकी ये गर्लफ्रेंड बताई जा रही है, जो लड़की जिसका नाम सामने आया है। जब गुरुग्राम पुलिस ने जब पूछताछ की और सर्विलांस पर जो उसके फोन की डिटेल्स निकाली गई, तो उसमें इस लड़की ने काफी बार आरोपी अभिजीत से बात कर रखी थी। उसके बाद इस लड़की से संपर्क किया गया तो इसने अपने आप को बताया कि डिलीवरी का काम करती है, डिलीवरी गर्ल के तौर पर काम करती है, इसका अपना किचन भी है, ऑनलाइन ये जो है चीजों को बेचती है। तो ये अभिजीत के संपर्क में आई थी, अभिजीत से कई बार ये मिल भी चुकी थी। इस लड़की से जब गुरुग्राम पुलिस ने पूछताछ की, इसने ये दावा किया है कि इसने दिव्या पाहुजा की जो डेड बॉडी है उसको देखा था, क्योंकि ये उस दिन होटल में आई थी। लेकिन इसकी क्या भूमिका है, उसी के लिए गुरुग्राम पुलिस ने इसको हिरासत में लिया, इससे पूछताछ कर रही है। आरोपी अभिजीत के साथ आमने सामने बैठाकर इससे पूछताछ जो है वो की जा रही है। अब देखना होगा कि क्या कुछ इसमें क्या कुछ और निकल कर आता है। जहां तक दिव्या पाहुजा की डेड बॉडी का सवाल है, तो अभी तक उसकी डेड बॉडी नहीं मिली है। 2 तारीख का ये पूरा मामला है, लेकिन आज 8 तारीख हो चुकी है, अब तक वो डेड बॉडी नहीं मिली है। लगातार गुरुग्राम पुलिस जो है वो न सिर्फ गुरुग्राम में बल्कि दिल्ली और पंजाब में भी कई जगह छापेमारी कर चुकी है। अभी भी जो 2 टीमें हैं वो पंजाब के अंदर मौजूद है। पटियाला के आसपास की जो जगह है वहाँ पर छानबीन की जा रही है, और बताया जा रहा है कि वहाँ पर एक नदी में भी डेड बॉडी को खोजने की कोशिश की जा रही है। हाँ धर्मवीर, जो लड़की हिरासत में ली गई, हालांकि लगातार सवाल जवाब किए जा रहे हैं, अब तक कुछ सामने आया, कुछ बड़ा खुलासा हुआ है? जैसे ये भी बताया जा रहा है कि लड़की ने दिव्या पाहुजा की डेड बॉडी को देखा था, तो इसको लेके क्या कुछ जानकारी? क्योंकि सबसे बड़ा तो सवाल अभी यही है कि आखिरकार डेड बॉडी गई तो गई कहाँ? बिल्कुल, देखिए, ये जब युवती जब होटल में आई थी उस वक्त दिव्या पाहुजा की हत्या की जा चुकी थी, और वो रूम नंबर 111 में उसकी डेड बॉडी पड़ी हुई थी। इस लड़की ने ये दावा किया है कि जब ये आई थी अभिजीत से मिलने, तो उसके बाद इसने उस डेड बॉडी को देखा था। लेकिन उसके बाद उस डेड बॉडी को कौन लेकर गया, कहाँ लेकर गया, इसके बारे में इस लड़की का कहना है कि इसे कोई जानकारी नहीं है। और इसीलिए गुरुग्राम पुलिस इसे क्रॉस चेक कर रही है कि क्या ये सच बोल रही है या फिर इसको कोई राज पता है। इसीलिए आज उसने अभिजीत के आमने सामने बताकर भी गुरुग्राम की क्राइम ब्रांच की जो टीम है वो पूछताछ कर रही है, SIT की जो टीम है वो पूछताछ कर रही है। पहले ये मामला गुरुग्राम पुलिस के पास था, उसके बाद क्राइम ब्रांच को सौंपा गया, उसके बाद SIT को ये पूरा मामला जो सौंपा जा चुका है, जिसमें DCP क्राइम और ACP क्राइम के साथ साथ जो सेक्टर 14 थाने के जो SHO हैं वो इस SIT टीम का हिस्सा है। लेकिन अभी तक डेड बॉडी ढूंढने में गुरुग्राम पुलिस नाकाम रही है, जिसको लेकर के लगातार ना सिर्फ गैंगस्टर संदीप गारोली का परिवार गुरुग्राम पुलिस की भूमिका पर सवाल उठा रहा है, बल्कि अब दिव्या पाहुजा का परिवार भी गुरुग्राम पुलिस की भूमिका पर सवाल उठा रहा है। ठीक है धर्मवीर, फिलहाल की पूरी जानकारी बहुत बहुत धन्यवाद। दरअसल दिव्या पाहुजा कतल केस के जुड़ी है वड्डी खबर असं अपने दर्शकों दस रहे हैं, क्योंकि हम पुलिस की रडार से एक और लड़की आ गई है, अभिजीत की दूजी गर्लफ्रेंड की दरअसल इस पूरे केस के एंट्री हुई है। पुलिस ने जिसनों के हिरासत में लैके उस तो बाद लगातार पूरे केस के जांच पड़ताल की जा रही है, सवाल जवाब किए जा रहे हैं। जो लड़की बारे हुण तक जानकारी सामने आई है कि फूड डिलीवरी का काम करती है, खुद का फूड किचन है, तो दिल्ली के नजफगढ़ की रहने वाली है। तो यह भी वड्डा हुण तक का खुलासा है कि लड़की ने दिव्या पाहुजा की डेड बॉडी को वेख्या सीगा, क्योंकि लगातार इस लैके भी सवाल बरकरार है। अजे तक पुलिस को दिव्या पाहुजा की लाश भी जी नहीं मिल सकी, लाश में भी बरामद नहीं किया जा सकिया। इस लैके SIT का भी गठन किया गया, लगातार जांच पड़ताल भी की जा रही है। 2 तरीक का दरअसल ये पूरी कतल की वारदात है, जदों कि दिव्या पाहुजा के होटल के कतल कर दिया गया था, तो उस तो बाद लगातार हालांकि पुलिस के वालों मुलजमान भी गिरफ्तार किया गया, मास्टरमाइंड गिरफ़्तार किया गया, तो इस विचाले हम एक लड़की हिरासत में लैके सवाल जवाब किए जा रहे हैं। खैर, वेखना होगा कि इस तू जांच पड़ताल के दौरान होर की कुछ खुलासा होंगे।
ਰੁੱਕ ਕਰਾਂਗੇ ਅਗਲੀ ਵੱਡੀ ਖਬਰ ਦਾ। ਨਸ਼ਿਆਂ ਦੇ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਅੱਜ ਪੰਜਾਬ ਭਰ ਦੇ ਵਿੱਚ। ਆਪਰੇਸ਼ਨ ਕਾਸੋ ਜਿਹੜਾ ਕਿ ਪੁਲਿਸ ਦੇ ਵੱਲੋਂ ਚਲਾਇਆ ਜਾ ਰਿਹਾ, ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਪੈਸ਼ਲ ਇਲਾਕੇਬੰਦੀ ਕੀਤੀ ਹੋਈ ਹੈ। ਨਸ਼ਾ ਤਸਕਰਾਂ ਦੇ ਟਿਕਾਣਿਆਂ 'ਤੇ ਜਿਹੜੀ ਕਿ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਵੱਡੇ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਲਗਾਤਾਰ ਕਈ ਵਾਰ ਜਿਹੜਾ ਕਿ ਪੰਜਾਬ ਦੀਆਂ ਵੱਖ ਵੱਖ ਜਗ੍ਹਾਵਾਂ 'ਤੇ ਪੁਲਿਸ ਦਾ ਅਜਿਹਾ ਐਕਸ਼ਨ ਨਜ਼ਰ ਆ ਚੁੱਕਾ ਹੈ। ਅਤੇ ਇੱਕ ਵਾਰ ਫਿਰ ਡਰੱਗਸ ਦੇ ਖਿਲਾਫ, ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਦਾ ਗਰਾਊਂਡ ਜ਼ੀਰੋ 'ਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਐਕਸ਼ਨ ਨਜ਼ਰ ਆਇਆ, ਤੁਹਾਨੂੰ ਵੱਖ ਵੱਖ ਜਗ੍ਹਾਵਾਂ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਜਿੱਥੇ ਜਿੱਥੇ ਦੀ ਵੀ ਪੁਲਿਸ ਅਧਿਕਾਰੀਆਂ ਦੇ ਕੋਲ, ਪੁਲਿਸ ਮੁਲਾਜ਼ਮਾਂ ਨੂੰ ਜਾਣਕਾਰੀ ਸੀ ਕਿ ਇਸ ਜਗ੍ਹਾ 'ਤੇ ਨਸ਼ਾ ਤਸਕਰ ਰਹਿੰਦੇ ਨੇ ਜਾਂ ਇੱਥੇ ਕੋਈ ਅਜਿਹੀ ਜਾਣਕਾਰੀ ਹੋ ਸਕਦੀ ਹੈ, ਤਾਂ ਉਸੇ ਜਗ੍ਹਾ 'ਤੇ ਜਾ ਕੇ ਪੁਲਿਸ ਦੇ ਵੱਲੋਂ ਬਾਰੀਕੀ ਦੇ ਨਾਲ ਘਰਾਂ ਦੀ ਤਲਾਸ਼ੀ ਲਈ ਗਈ। ਘਰਾਂ ਦਾ ਸਮਾਨ ਪੂਰੀ ਤਰ੍ਹਾਂ ਖੰਗਾਲਿਆ ਗਿਆ। ਇਸੇ ਦੌਰਾਨ ਇਹ ਵੱਡੀ ਕਾਰਵਾਈ ਜਿਹੜੀ ਕਿ ਵੱਖ ਵੱਖ ਜਗ੍ਹਾਵਾਂ 'ਤੇ ਪੁਲਿਸ ਦੀ ਨਜ਼ਰ ਆਈ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਈ ਵੱਡੇ ਅਧਿਕਾਰੀ ਪੁਲਿਸ ਦੇ ਉਹ ਨਜ਼ਰ ਆ ਰਹੇ ਨੇ, ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ ਵੱਖ ਵੱਖ ਇਲਾਕਿਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਕਲੋਨੀਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਅਤੇ ਦਰਅਸਲ ਡਰੱਗਸ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਅਜਿਹੀ ਕਾਰਵਾਈ ਜਿਹੜੀ ਕਿ ਪੁਲਿਸ ਦੇ ਵੱਲੋਂ ਕੀਤੀ ਗਈ। ਅਤੇ ਇੱਕ ਵਾਰ ਫਿਰ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਕਿ ਪੁਲਿਸ ਦੇ ਵੱਲੋਂ ਛਕੰਜਾ ਕੱਸਿਆ ਜਾ ਰਿਹਾ, ਪੰਜਾਬ ਭਰ ਦੇ ਵਿੱਚ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ। ਨਸ਼ੇ ਦੇ ਖਿਲਾਫ ਪੁਲਿਸ ਦੀ ਚੱਲ ਰਹੀ ਵੱਡੀ ਸਰਚ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਮੋਗਾ ਦੀ ਸਾਧਾਂ ਵਾਲੀ ਬਸਤੀ ਦੀਆਂ, ਜਿੱਥੇ ਕਿ ਇੱਕ ਘਰ ਦੇ ਵਿੱਚ ਪੁਲਿਸ ਨੂੰ ਸ਼ਰਾਬ ਦੀਆਂ ਕਈ ਬੋਤਲਾਂ ਮਿਲੀਆਂ ਔਰ ਪੁਲਿਸ ਆਪਣੇ ਕਬਜ਼ੇ 'ਚ ਲੈ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਕਿਸ ਤਰ੍ਹਾਂ ਬਾਲਟੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਔਰ ਬੋਰੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਪੁਲਿਸ ਆਪਣੇ ਕਬਜ਼ੇ 'ਚ ਲੈ ਰਹੀ ਹੈ। ਔਰ ਹਾਲਾਂਕਿ ਇਸ ਘਰ ਦੇ ਵਿੱਚੋਂ ਹੋਰ ਕੀ ਮਿਲ ਰਿਹਾ, ਪੁਲਿਸ ਉਸਦੀ ਜਾਂਚ ਕਰ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਪੇਟੀਆਂ ਸ਼ਰਾਬ ਦੀਆਂ ਪੇਟੀਆਂ, ਬਾਲਟੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ, ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਪੁਲਿਸ ਵੱਲੋਂ ਸਰਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਪੂਰੀ ਗਹਿਰਾਈ ਦੇ ਨਾਲ ਸਰਚ ਕੀਤੀ ਜਾ ਰਹੀ ਹੈ, ਜਿੱਥੇ ਵੀ ਸ਼ੱਕ ਹੁੰਦਾ ਪੁਲਿਸ ਉੱਥੋਂ ਸਰਚ ਕਰ ਰਹੀ ਹੈ। ਔਰ ਦੂਜੇ ਪਾਸੇ ਇੱਕ ਘਰ ਦੇ ਵਿੱਚ ਤਾਂ ਅਗਰ ਜ਼ਮੀਨ ਦੇ ਵਿੱਚ ਉਹਨਾਂ ਨੂੰ ਸ਼ੱਕ ਸੀਗਾ ਕਿ ਜ਼ਮੀਨ ਦੇ ਵਿੱਚ ਕੁਛ ਦੱਬਿਆ ਹੋ ਸਕਦਾ, ਤਾਂ ਉੱਥੇ ਵੀ ਪੁਲਿਸ ਵੱਲੋਂ ਜ਼ਮੀਨ ਪੱਟ ਕੇ ਸਰਚ ਕੀਤੀ ਗਈ ਤਾਂ ਕਿ ਕਿਤੇ ਵੀ ਕੋਈ ਕੁਤਾਹੀ ਨਾ ਹੋਵੇ, ਕਿਤੇ ਵੀ ਕੋਈ ਅਣਗਹਿਲੀ ਨਾ ਹੋ ਜਾਵੇ ਕਿ ਕਿਤੇ ਕੋਈ ਨਸ਼ਾ ਛੁਪਿਆ ਰਿਹਾ ਜੇ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਵਿੱਚੋਂ ਪੁਲਿਸ ਨੂੰ ਕਈ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਮਿਲੀਆਂ ਨੇ, ਜਿਹੜੀਆਂ ਪੁਲਿਸ ਨੇ ਕਬਜ਼ੇ ਦੇ ਵਿੱਚ ਲਿੱਤੀਆਂ, ਹੋਰ ਵੀ ਇਸ ਤਰ੍ਹਾਂ ਦਾ ਕਈ ਨਸ਼ੇ ਦਾ ਸਮਾਨ ਹੈ ਜਿਹੜਾ ਪੁਲਿਸ ਵੱਲੋਂ ਕਬਜ਼ੇ 'ਚ ਲਿੱਤਾ ਜਾ ਰਿਹਾ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੰਪਾਈਲ ਜਿਹੜੀ ਹੈ ਰਿਪੋਰਟ ਉਹ ਦੱਸੇਗੀ ਦੁਪਹਿਰ ਤੋਂ ਬਾਅਦ ਕਿ ਕਿੰਨਾ ਇਸ ਸਰਚ ਦੇ ਦੌਰਾਨ ਪੁਲਿਸ ਨੂੰ ਨਸ਼ਾ ਮਿਲਿਆ ਔਰ ਕਿੰਨੇ ਵਹੀਕਲ ਜਿਹੜੇ ਆ ਪੁਲਿਸ ਨੇ ਜ਼ਬਤ ਕੀਤੇ ਆ। ਤਸਵੀਰ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਕਿਸ ਤਰ੍ਹਾਂ ਜਿਹੜਾ ਪੁਲਿਸ ਵੱਲੋਂ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਇੱਕ ਘਰ ਦੇ ਵਿੱਚੋਂ ਬਰਾਮਦ ਹੋਈਆਂ, ਸਾਧਾਂ ਵਾਲੀ ਬਸਤੀ ਦੀਆਂ ਤਸਵੀਰਾਂ ਜਿੱਥੋਂ ਕਿ ਪੁਲਿਸ ਨੂੰ ਇਹ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪੁਲਿਸ ਵੱਲੋਂ ਬੋਰੀ ਦੇ ਵਿੱਚ ਔਰ ਬਾਲਟੀ ਦੇ ਵਿੱਚ ਜਿਹੜੀਆਂ ਸ਼ਰਾਬ ਦੀਆਂ ਬੋਤਲਾਂ ਪਾ ਕੇ ਲਿਆਂਦੀਆਂ ਗਈਆਂ। ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਜ਼ਿਲ੍ਹੇ ਦੇ ਵਿੱਚ ਪੁਲਿਸ ਨੇ ਅਲੱਗ ਅਲੱਗ ਟੀਮਾਂ ਬਣਾਈਆਂ ਹੋਈਆਂ, ਜਿਸ ਨੂੰ ਲੈ ਕੇ ਚਾਹੇ ਮੋਗਾ ਦੀ ਸਾਧਾਂ ਵਾਲੀ ਬਸਤੀ ਹੋਵੇ, ਚਾਹੇ MP ਬਸਤੀ ਹੋਵੇ। ਅਗਰ ਧਰਮਕੋਟ ਦੀ ਗੱਲ ਕੀਤੀ ਜਾਵੇ ਤਾਂ ਧਰਮਕੋਟ ਦੇ ਵਿੱਚ ਦੌਲੇ ਵਾਲਾ ਹੋ ਗਿਆ, ਨੂਰਪੁਰ ਹਕੀਮਾ ਹੋ ਗਿਆ, ਔਰ ਦੂਜੇ ਪਾਸੇ ਨਿਹਾਲ ਸਿੰਘ ਵਾਲਾ ਦੇ ਕਈ ਏਰੀਏ ਦੇ ਵਿੱਚ ਪੁਲਿਸ ਵੱਲੋਂ ਅੱਜ ਆਪਰੇਸ਼ਨ ਕਾਸੋ ਦੇ ਤਹਿਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਜੇ ਪੰਜਾਬ ਦੇ 3 ਕਮਿਸ਼ਨਰੇਟਸ ਔਰ 25 ਜ਼ਿਲ੍ਹਿਆਂ ਦੇ ਵਿੱਚ ਇਹ ਕੋਡਨ ਐਂਡ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਹਦਾ ਮੁੱਖ ਉਦੇਸ਼ ਹੈ ਕਿ ਜਿਹੜੇ ਡਰੱਗ ਪੈਡਲਰਸ ਔਰ ਡਰੱਗ ਸਮਗਲਰਸ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਔਰ ਇਸੇ ਦੇ ਤਹਿਤ ਅੱਜ ਮੈਂ ਇੱਥੇ ਆਇਆ ਫਤਿਹਗੜ੍ਹ ਸਾਹਿਬ ਦੇ ਵਿੱਚ, ਇੱਥੇ ਸਰਹੰਦ 'ਚ ਜਿਹੜੀ ਸਰਚ ਆਪਰੇਸ਼ਨਸ ਚੱਲ ਰਹੇ ਆ ਉਹਨੂੰ ਸੁਪਰਵਾਈਜ਼ ਕਰਨ ਲਈ। ਇਹਨਾਂ ਆਪਰੇਸ਼ਨਸ ਦੇ ਵਿੱਚ ਪਾਰਟੀਸਪੇਟ ਔਰ ਸੁਪਰਵਿਜ਼ਨ ਲਈ ਚੰਡੀਗੜ੍ਹ ਤੋਂ ਸੀਨੀਅਰ ਆਫਿਸਰਸ ਦੀ ਵੀ ਡਿਊਟੀ ਲਾਈ ਗਈ ਹੈ ਤਾਂ ਕਿ ਉਹ ਵੱਖ ਵੱਖ ਜ਼ਿਲ੍ਹਿਆਂ 'ਚ ਜਾ ਕੇ ਇਹਨਾਂ ਆਪਰੇਸ਼ਨਸ ਨੂੰ ਸੁਪਰਵਾਈਜ਼ ਕਰਨ। ਔਰ ਇਹਦਾ ਇੱਕ ਬਹੁਤ ਚੰਗਾ ਹੁੰਗਾਰਾ ਸਾਨੂੰ ਮਿਲ ਰਿਹਾ, ਲੋਕਾਂ ਦਾ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ।
ਔਰ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਦਾ ਸਹਿਯੋਗ ਲੋਕਾਂ ਦਾ ਮਿਲ ਰਿਹਾ ਔਰ ਜਿਸ ਤਰ੍ਹਾਂ ਸਾਡੀ ਫੋਰਸ ਮਿਹਨਤ ਨਾਲ ਕੰਮ ਕਰ ਰਹੀ ਹੈ, ਇਸ ਡਰੱਗ ਦੇ ਕੋਡ ਨੂੰ ਅਸੀਂ ਛੇਤੀ ਪੰਜਾਬ ਤੋਂ ਹਟਾਵਾਂਗੇ। ਇੱਥੇ ਮੈਡਮ ਅਸ਼ਵਨੀ ਜਿਹੜੇ ਬਟਾਲੇ ਲੱਗੇ ਆ ਅਤੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਇੱਥੇ ਆਏ ਹਾਂ। ਜਸਟ ਉਦੋਂ ਪਹਿਲਾਂ ਜਿਹੜੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਇਹਨਾਂ ਦੇ ਡਰੱਗ ਦੇ ਬਾਰੇ ਕੀ ਕੰਮ ਹੋਇਆ ਉਹਦੇ ਬਾਰੇ ਅਸੀਂ ਡਿਟੇਲ ਡਿਸਕਸ਼ਨ ਹੋਈ ਹੈ ਅਤੇ ਇਹਨਾਂ ਵੱਲੋਂ ਕਾਫੀ ਵਧੀਆ ਜਿਹੜਾ ਡਰੱਗ ਦੇ ਅਗੇਂਸਟ ਕੰਮ ਕੀਤਾ ਜਾ ਰਿਹਾ। ਨੋ ਡਾਊਟ ਕਿ ਉਹ ਹਜੇ ਹੋਰ ਵੀ ਜ਼ੋਰ ਲਾ ਕੇ ਕੰਮ ਕਰਨ ਦੀ ਲੋੜ ਹੈ ਅਤੇ ਅੱਜ ਵੀ ਅਸੀਂ ਜਿਹੜਾ ਇਸ ਮਕਾਨ 'ਤੇ ਵੀ ਆਏ ਹਾਂ। ਹੁਣ ਬੇਸਿਕਲੀ ਜਿਹੜੀ ਹੁੰਦਾ ਵੀ ਡਰੱਗ 'ਤੇ ਅਸੀਂ ਜਦੋਂ ਤੁਹਾਡੇ ਕੁਐਸਚਨ ਹੁੰਦੇ ਆ ਵੀ ਘੇਰਾ ਪਾਉਂਦੇ ਹੋ ਜੀ, ਬੰਦਿਆਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਭੱਜ ਜਾਂਦੇ ਆ, ਪਰ ਉਹਦੇ ਨਾਲ ਨਾਲ ਇੱਕ ਮੈਸੇਜ ਵੀ ਹੈ। ਜਿਵੇਂ ਜਿਸ ਘਰ ਦੇ ਕੋਲ ਆਪਾਂ ਖੜ੍ਹੇ ਹਾਂ, ਇਸ ਘਰ ਦੇ ਜਿਹੜੇ ਪਰਿਵਾਰ ਦੇ ਕਈ ਮੈਂਬਰ ਇਨਵੋਲਵ ਆ ਅਤੇ ਕਈ ਪਰਚੇ ਇਹਨਾਂ 'ਤੇ ਦਰਜ ਹੈ। ਇਹਦੇ ਵਿੱਚ ਸਪੈਸੀਫਿਕ ਇਨਫੋਰਮੇਸ਼ਨ ਬੇਸਡ ਟਾਰਗੇਟਿਡ ਆਪਾਂ ਸਰਚ ਕਰ ਰਹੇ ਹਾਂ, ਪੂਰੇ ਸਟੇਟ ਵਾਈਡ ਚੱਲ ਰਿਹਾ ਤਾਂ ਕਿ ਇੱਕ ਸਾਥ ਜਿਹੜੇ ਵੀ ਐਲੀਮੈਂਟਸ ਨੇ ਜੋ ਡਰੱਗਸ ਦੇ ਵਿੱਚ ਇਨਵੋਲਵਡ ਨੇ, ਸੀਰੀਅਸ ਡਰੱਗ ਸਮਗਲਿੰਗ ਦੇ ਵਿੱਚ, ਡਰੱਗ ਕਰੋਸਿੰਗ ਐਟ ਦ ਸਟਰੀਟ ਲੈਵਲ, ਉਹਨਾਂ ਦੇ ਖਿਲਾਫ਼ ਆਪਾਂ ਕਾਰਵਾਈ ਕਰ ਰਹੇ ਹਾਂ। ਸੋ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਆ ਬਸਤੀ ਸ਼ੇਖਾਂ ਵਾਲੀ ਜਿਹੜੀ ਏਰੀਆ ਹੈ ਉੱਥੇ ਆਪਾਂ ਟਾਰਗੇਟ ਕਰ ਰਹੇ ਹਾਂ ਅੱਜ ਇਸ ਓਪਰੇਸ਼ਨ 'ਚ। ਆਲਮੋਸਟ 100 ਪੁਲਿਸ ਆਫਿਸਰਸ ਦਾ ਇਹ ਓਪਰੇਸ਼ਨ ਹੈ ਫਿਰੋਜ਼ਪੁਰ ਸਬ ਡਿਵੀਜ਼ਨ ਦੇ ਵਿੱਚ, ਲੈਡ ਬਾਈ ਆਰ ਡੀ ਐੱਸ ਪੀ ਬਲਕਾਰ ਸਿੰਘ। ਰੁੱਖ ਕਰਾਂਗੇ ਅਗਲੀ ਖਬਰ ਦਾ। 19 ਕਿਲੋ ਹੈਰੋਇਨ ਕੇਸ ਦੇ ਵਿੱਚ ਦੋ ਹੋਰ ਗ੍ਰਿਫਤਾਰ ਕੀਤੇ ਗਏ ਨੇ। ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੇ ਵਿੱਚੋਂ ਦਰਅਸਲ ਇਹ ਗ੍ਰਿਫਤਾਰੀ ਹੋਈ ਹੈ। 3.5 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ, 3 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ, 10 ਜ਼ਿੰਦਾ ਕਾਰਤੂਸ, ਡਰੋਨ ਦੇ ਪਾਰਟ ਵੀ ਮਿਲੇ ਨੇ। ਫੜੇ ਗਏ ਮੁਲਜ਼ਮ ਚਾਚਾ ਭਤੀਜਾ ਨੇ। ਹੁਣ ਤੱਕ 10 ਮੁਲਜ਼ਮਾਂ ਦੀ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ। ਦਰਅਸਲ 19 ਕਿਲੋ ਹੈਰੋਇਨ ਕੇਸ ਦੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੇ ਵਿੱਚੋਂ ਇਹ ਗ੍ਰਿਫਤਾਰੀ ਹੋਈ ਹੈ। 3.5 ਕਿਲੋ ਹੈਰੋਇਨ ਇਹਨਾਂ ਤੋਂ ਜ਼ਬਤ ਕੀਤੀ ਗਈ ਹੈ, 3 ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਦਸੰਬਰ ਨੂੰ ਲਾਸਟ ਡੇ ਆਫ ਦੀ ਈਅਰ ਜਿਹੜੀ 19 ਕਿਲੋਗ੍ਰਾਮ ਹੀਰੋਇਨ ਬਰਾਮਦ ਹੋਈ ਸੀਗੀ, ਉਸੇ ਸਿਲਸਿਲੇ 'ਚ ਬੈਕਵਰਡ ਲਿੰਕੇਜ ਦੇ ਵਿੱਚ ਜਾਂਦੇ ਹੋਏ ਅਸੀਂ 3 ਸਮਗਲਰ ਹੋਰ ਫੜੇ ਹੈ। ਉਹਨਾਂ ਤੋਂ 3.5 ਕਿਲੋ ਹੀਰੋਇਨ ਅਤੇ 10 ਰਾਊਂਡਸ ਔਰ ਇੱਕ ਸਫਾਰੀ ਗੱਡੀ ਬਰਾਮਦ ਕੀਤੀ ਗਈ ਹੈ। ਇਹ ਸਾਰਾ ਜਿਹੜਾ ਡਰੱਗ ਕਾਰਟਲ ਹੈ ਇਹ ਮੈਨੂੰ ਮਨਾਵਾ ਇੱਕ ਹੈਗਾ USA ਦੇ ਵਿੱਚ ਬੈਠਾ ਉਹ ਬੰਦਾ ਹੀ ਚਲਾ ਰਿਹਾ ਸੀ। ਔਰ ਪਿਛਲੀ ਜਿਹੜੀ ਕੰਸਾਈਨਮੈਂਟ ਫੜੀ ਗਈ ਸੀ, ਰਿਕਵਰੀ ਹੋਈ ਸੀ 19 ਕਿਲੋ ਦੀ, ਉਹਦੇ 23 ਲੱਖ ਰੁਪਈਆ ਵੀ ਸੀ, ਡਰੋਨ ਦੇ ਪਾਰਟਸ ਵੀ ਮਿਲੇ ਸੀਗੇ। ਸੋ ਉਹਦੇ 'ਚ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ ਰਿਕਵਰੀ ਹੈ ਉਸ ਵਿੱਚ 22 kg ਹੋ ਚੁੱਕੀ ਹੈ, 22.5 ਕਿਲੋ। ਔਰ ਵੈਪਨ ਵੀ 7 ਸੀਗੇ ਪਹਿਲਾਂ, ਕੈਸ਼ ਵੀ ਸੀਗਾ, ਗੱਡੀ ਵੀ ਸੀਗੀ। ਹੁਣ ਇਹਦੇ ਟੋਟਲ 10 ਅਰੈਸਟ ਹੋ ਚੁੱਕੀਆਂ ਤਿੰਨਾਂ ਨੂੰ ਪਾ ਕੇ। ਰੁੱਖ ਕਰਾਂਗੇ ਅਗਲੀ ਖਬਰ ਦਾ। ਪਟਿਆਲਾ ਦੇ ਵਿੱਚ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅਚਾਨਕ ਅੱਗ ਦਾ ਗੋਲਾ ਬਣਦੀ ਹੋਈ ਜਿਹੜੀ ਇੱਕ ਕਾਰ ਉਹ ਨਜ਼ਰ ਆਈ। ਪਟਿਆਲਾ ਦੇ ਸ਼ੀਸ਼ ਮਹਿਲ ਦੇ ਨੇੜੇ ਇਹ ਪੂਰਾ ਹਾਦਸਾ ਵਾਪਰ ਰਿਹਾ, ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤੁਹਾਨੂੰ ਪਟਿਆਲਾ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਕਾਰ ਅਚਾਨਕ ਹੀ ਅੱਗ ਦੀ ਚਪੇਟ ਵਿੱਚ ਆ ਜਾਂਦੀ ਹੈ ਅਤੇ ਬੁਰੀ ਤਰ੍ਹਾਂ ਜ਼ਬਰਦਸਤ ਅੱਗ ਜਿਹੜੀ ਲੱਗੀ ਹੋਈ ਤਸਵੀਰਾਂ ਦੇ ਵਿੱਚ ਵੇਖੀ ਜਾ ਸਕਦੀ ਹੈ, ਕਿਵੇਂ ਅੱਗ ਦੀਆਂ ਲਪਟਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਦਰਅਸਲ ਅਚਾਨਕ ਅੱਗ ਦਾ ਗੋਲਾ ਇਹ ਕਾਰ ਬਣ ਜਾਂਦੀ ਹੈ।
ਪਟਿਆਲਾ ਦੇ ਸ਼ੀਸ਼ ਮਹਿਲ ਦੇ ਨੇੜੇ ਦਸਲੇ ਹਾਦਸਾ ਵਾਪਰਿਆ। ਪਟਿਆਲਾ ਦੇ ਸ਼ੀਸ਼ ਮਹਿਲ ਦੇ ਨੇੜੇ ਦੀਆਂ ਇਹ ਤਸਵੀਰਾਂ ਨੇ। ਹਾਲਾਂਕਿ ਇਸ ਦੌਰਾਨ ਇਹ ਵਿਚਾਰ ਦੀ ਗੱਲ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਦਰਅਸਲ ਕਾਰ ਚੱਲ ਹੀ ਰਹੀ ਸੀ, ਚੱਲਦੀ ਕਾਰ ਵੇਲੇ ਦਰਅਸਲ ਪੂਰਾ ਹਾਦਸਾ ਵਾਪਰਿਆ, ਜਦੋਂ ਕਾਰ ਅਚਾਨਕ ਗੋਲਾ ਬਣ ਜਾਂਦੀ ਹੈ। ਅੱਗ ਦਾ ਗੋਲਾ ਜਿਹੜੀ ਬਣੀ ਹੋਈ ਤਸਵੀਰਾਂ ਦੇ ਵਿੱਚ ਵੀ ਕਾਰ ਵੇਖੀ ਜਾ ਸਕਦੀ ਹੈ। ਪਟਿਆਲਾ ਦੇ ਸ਼ੀਸ਼ ਮਹਿਲ ਦੀਆਂ ਤਸਵੀਰਾਂ ਜੋ ਕਿ ਹਾਦਸੇ ਦੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ।